ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਪਰ ਸ਼ਾਇਦ ਸਾਨੂੰ ਲਾਈਨ ਮਿਲ ਗਈ, ਅਸੀਂ ਕੋਸ਼ਿਸ਼ ਕਰਾਂਗੇ। ਹੈਲੋ, ਹਾਂਜੀ ਪ੍ਰਧਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਗੁਰਚਰਨਜੀਤ ਸਿੰਘ ਬੋਲ ਰਿਹਾ ਜੀ। ਹਾਂਜੀ ਜੀ, ਸਾਨੂੰ ਖੁਸ਼ੀ ਹੈ, ਦੇਰ ਆਇਆ ਦਰੁਸਤ ਆਇਆ ਜਿਹੜੀ ਅਸੀਂ ਇੰਤਜ਼ਾਰ ਕਰ ਰਹੇ ਸੀ, ਕਾਫੀ ਦੇਰ ਦਾ ਕੋਸ਼ਿਸ਼ ਕਰ ਰਹੇ ਸੀ, ਸਾਡਾ ਲਾਈਨ ਦੇ ਉੱਤੇ ਸੰਪਰਕ ਨਹੀਂ ਸੀ ਹੋ ਰਿਹਾ, ਪਰ ਮਸਲਾ ਬਹੁਤ ਗੰਭੀਰ ਹੈ। ਕਿਰਪਾਨ ਸਿੱਖਾਂ ਦਾ ਕਕਾਰ ਹੈ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ, ਗੁਰੂ ਸਾਹਿਬ ਦਾ ਹੁਕਮ ਹੈ, ਖੜਗ ਹਾਥ ਜਿਨ ਤਜੋ ਖੜਗ ਧਾਰਾ ਸਹੋ। ਜਿਹੜੇ ਤਲਵਾਰ ਦੇ ਦਸਤੇ ਤੋਂ ਆਪਣਾ ਹੱਥ ਹਟਾ ਲੈਂਦੇ ਹਨ, ਉਹਨਾਂ ਨੂੰ ਤਲਵਾਰ ਦੀ ਧਾਰ ਆਪਣੀ ਗਰਦਨ 'ਤੇ ਸਹਿਣ ਲਈ ਤਿਆਰ ਹੋਣਾ ਪੈਂਦਾ ਹੈ। ਕਿਰਪਾਨ ਕੇਵਲ ਸਿੱਖ ਦਾ ਅੰਗ ਹੀ ਨਹੀਂ, ਕੇਵਲ ਕਕਾਰ ਹੀ ਨਹੀਂ, ਸਿੱਖ ਰਹਿਤ ਮਰਿਆਦਾ ਮੁਤਾਬਕ ਉਹ ਇੱਕ ਸਰੀਰ ਦਾ ਅੰਗ ਹੈ। ਭਾਰਤ ਦੀ ਸੰਵਿਧਾਨ, ਜਿਸ ਦੇ ਉੱਤੇ ਕੋਈ ਚੀਜ਼ ਨਹੀਂ ਹੁੰਦੀ, ਸੰਵਿਧਾਨ ਸਰਵੋੱਚ ਅਥਾਰਟੀ ਹੁੰਦਾ ਹੈ, ਸੰਵਿਧਾਨ ਦੀ ਧਾਰਾ 25 ਦੇ ਮੁਤਾਬਕ ਇੱਕ ਵਿਆਖਿਆ ਦਰਜ ਕੀਤੀ, ਨਹੀਂ ਤਾਂ ਕਾਨੂੰਨ ਵਿੱਚ ਕੋਈ ਵਿਆਖਿਆ ਨਹੀਂ ਹੁੰਦੀ। ਉਸ ਦੇ ਵਿੱਚ ਇਹ ਵਿਆਖਿਆ ਦਿੱਤੀ ਗਈ ਹੈ ਕਿ ਕਿਸੇ ਸਿੱਖ ਦਾ ਕਿਰਪਾਨ ਪੋਜ਼ੈਸ ਕਰਨਾ ਜਾਂ ਕੈਰੀ ਕਰਨਾ ਇਹ ਉਸਦਾ ਧਾਰਮਿਕ ਆਪਣੇ ਧਰਮ ਦੀ ਪਾਲਣਾ ਕਰਨਾ ਹੈ। ਇਤਨੇ ਸਪਸ਼ਟ ਹੋਣ ਦੇ ਬਾਵਜੂਦ ਅਗਰ ਕੋਈ ਇਸ ਦੀ ਉਲੰਘਣਾ ਕਰਕੇ ਕੋਈ ਵੀ ਆਦੇਸ਼ ਦਿੰਦਾ, ਕੋਈ ਆਰਡਰ ਦਿੰਦਾ, ਉਹ ਸਿੱਧੀ ਭਾਰਤ ਦੇ ਸੰਵਿਧਾਨ ਨੂੰ ਚੁਣੌਤੀ ਦਿੰਦਾ, ਉਸ ਦੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇੱਕ ਖਬਰ ਬੜੀ ਹੀ ਅਫਸੋਸਨਾਕ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੋਂ ਸਾਰਾ ਅਸੀਂ ਅਗਵਾਈ ਲੈਂਦੇ ਹਾਂ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਉਹਦੇ ਵਿੱਚ ਕੰਮ ਕਰ ਰਹੇ ਸਿੱਖ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਉੱਥੇ ਦੇ ਕਮਾਂਡੈਂਟ ਨੇ, CISF ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਵਾਲੇ ਨੇ ਕਿਹਾ ਕਿ ਤੁਸੀਂ ਕਿਰਪਾਨ ਪਾ ਕੇ ਜਹਾਜ਼ ਦੇ ਨੇੜੇ ਨਹੀਂ ਆ ਸਕਦੇ। ਇਹ ਕਾਨੂੰਨ ਦੀ ਉਲੰਘਣਾ ਹੈ, ਸਿੱਖ ਧਰਮ ਦੀ ਸਿੱਧੀ ਨਿਰਾਦਰੀ ਹੈ, ਔਰ ਜੇਕਰ ਕਹਿ ਲਿਆ ਜਾਏ ਸਿੱਖ ਪੰਥ ਨੂੰ ਸਿੱਧਾ ਚੈਲੇਂਜ ਹੈ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਆਪ ਦੇ ਰੂਬਰੂ ਹਨ। ਸਿੰਘ ਪ੍ਰਧਾਨ ਸਾਹਿਬ, ਇਹ ਜਿਹੜਾ ਸਾਰਾ ਮਸਲਾ ਹੈ, ਇਸ ਦੇ ਬਾਰੇ ਹੁਣ ਕੀ ਪੋਜੀਸ਼ਨ ਹੈ ਤੇ ਆਪ ਕੀ ਕਾਰਵਾਈ ਕਰ ਰਹੇ ਹੋ? ਇਹ ਬੜਾ ਸੋਚਣਾ ਹੈ, ਇਹੋ ਜਿਹਾ ਆਰਡਰ ਜਿਹੜਾ ਇਸ਼ੂ ਹੋਇਆ ਜੀ ਸਿਰਫ ਵੱਲੋਂ ਏਅਰਪੋਰਟ ਅਥਾਰਟੀ ਵੱਲੋਂ, ਔਰ ਹੋਇਆ ਵੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਹੈ ਜੀ, ਔਰ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਹੈ ਜੀ, ਉੱਥੇ ਅੰਮ੍ਰਿਤਧਾਰੀ ਗੁਰਸਿੱਖ ਜਿਹੜੇ ਸੇਵਾ ਕਰ ਰਹੇ ਨੇ ਜੀ, ਜਿਹੜੇ ਉਹਨਾਂ ਦੇ ਮੁਲਾਜ਼ਮ ਨੇ, ਉਹਨਾਂ ਦੇ ਉੱਤੇ ਲਾਗੂ ਕੀਤਾ ਗਿਆ ਜੀ। ਮੈਂ ਸਮਝਦਾ ਕਿ ਬੜੀ ਵੱਡੀ ਤਰਦਨਾ, ਜਿੱਥੇ ਤੋਂ ਬਲਾਈ ਗੱਲ ਹੈ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਇੱਕ ਵੱਡਾ ਖਿਲਵਾੜ ਮੰਨਿਆ ਜਾ ਸਕਦਾ ਹੈ ਜੀ, ਕਿਉਂਕਿ ਕਿਰਪਾਨ ਜਿਹੜੀ ਹੈ ਉਹ ਇੱਕ ਅਨਿੱਖੜਵਾ ਅੰਗ ਹੈ, ਜਿਵੇਂ ਤੁਸੀਂ ਪਹਿਲਾਂ ਕਿਹਾ ਜੀ, ਰਹਿਤ ਮਰਿਆਦਾ ਧਾਰ ਸਿੱਖ ਕਿਰਪਾਨ ਤੋਂ ਅਲੱਗ ਨਹੀਂ ਹੋ ਸਕਦਾ ਜੀ, ਔਰ ਨਾ ਇਹ ਕਿਰਪਾਨ ਉਹਦੇ ਸਰੀਰ ਤੋਂ ਅਲੱਗ ਕੀਤੀ ਜਾ ਸਕਦੀ ਹੈ ਜੀ। ਲੇਕਿਨ ਮੈਂ ਫਿਰ ਵੀ ਸਮਝਦਾ ਕਿ ਲੋਕ ਐਸੇ ਨੇ ਜਿਹੜੇ ਸਿਕਿਉਰਿਟੀ ਦੇ ਨਾਂ ਤੇ ਕਈ ਮਹਿਕਮੇ ਕਈ ਡਿਪਾਰਟਮੈਂਟ, ਲੇਕਿਨ ਅੰਦਰ ਉਹਨਾਂ ਦੀ ਫਿਰਕੂ ਸੋਚ ਵੀ ਹੁੰਦੀ ਹੈ ਜੀ, ਉਹ ਆ ਕੇ ਇਹਦੇ ਆਰਡਰ ਪਾਸ ਕਰ ਦਿੰਦੇ ਆ ਜੀ। ਪਹਿਲੀ ਗੱਲ ਤਾਂ ਮੈਂ ਇਹ
ਆਪਣਾ ਦੱਸਣਾ ਚਾਹੁੰਦਾ ਕਿ ਜਦੋਂ ਇਹ ਖਬਰ ਆਈ ਤੇ ਉਸੇ ਵਕਤ ਫੌਰੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਲਿਖਤੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਏਅਰਪੋਰਟ ਅਥਾਰਟੀ ਨੂੰ ਚਾਰ ਗਵਰਨਮੈਂਟ ਲੈਵਲ ਤੇ ਜੀ ਆਪਣਾ ਚਿੱਠੀ ਦੇ ਦਿੱਤੀ ਕਿ ਇਹ ਗਲਤ ਗੱਲ ਹੈ ਜੀ ਫੌਰੀ ਤੌਰ ਤੇ ਵਿਦਰਾ ਕੀਤਾ ਜਾਏ ਜੀ ਲੇਕਿਨ ਦੋ ਤਿੰਨ ਦਿਨ ਬਾਅਦ ਜਦੋਂ ਮੈਂ ਦੇਖਿਆ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਫਿਰ ਐਸ ਜੀ ਪੀ ਸੀ ਨੇ ਉਹਨਾਂ ਨੂੰ ਇੱਕ 7 ਦਿਨ ਦਾ ਅਲਟੀਮੇਟਮ ਦਿੱਤਾ ਹੈ ਜੀ ਏਅਰਪੋਰਟ ਅਥਾਰਟੀ ਨੂੰ ਜੀ ਕਿ 7 ਦਿਨਾਂ ਦੇ ਅੰਦਰ ਅੰਦਰ ਇਹ ਆਪਣਾ ਨਾਦਰਸ਼ਾਹੀ ਆਰਡਰ ਹੈ ਇਹਨੂੰ ਵਾਪਸ ਲਿਆ ਜਾਵੇ ਜੀ ਮੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਏਅਰਪੋਰਟ ਦਾ ਟਰਾਵ ਕਰਨ ਤੋਂ ਸੰਕੋਚ ਨਹੀਂ ਕਰੇਗੀ ਜੀ ਦੂਸਰਾ ਅਸੀਂ ਜਿਹੜਾ ਹੋਮ ਮਿਨਿਸਟਰ ਹੈ ਪੀ ਚਿਦੰਬਰਮ ਜੀ ਉਹਨੂੰ ਵੀ ਅਸੀਂ ਚਿੱਠੀ ਪਾਈ ਹੈ ਕਿ ਉਹ ਇਹੋ ਜਿਹਾ ਨਾਦਰਸ਼ਾਹੀ ਔਰ ਗੈਰ ਕਾਨੂੰਨੀ ਜਿਹੜੇ ਪ੍ਰਮਾਣ ਹੈ ਇਹਨੂੰ ਵਾਪਸ ਲੈ ਜੀ ਔਰ ਮੈਂ ਸਮਝਦਾ ਕਿ ਦੂਸਰੀ ਗੱਲ ਇਹ ਹੈ ਪੂਰੀ ਤਰ੍ਹਾਂ ਪੂਰੇ ਜ਼ੋਰ ਨਾਲ ਰਜਿਸਟ ਕਰ ਰਹੇ ਹਾਂ ਜੀ ਔਰ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੇ ਸਾਫ਼ ਨਤੀਜੇ ਜਿਹੜੇ ਆ ਉਹ ਸਾਹਮਣੇ ਲੈ ਕੇ ਆਵਾਂਗੇ ਜੀ ਔਰ ਹੁਣ ਉਹਨਾਂ ਨੇ ਕਿਹਾ ਜੀ ਇੰਟਰਨੈਸ਼ਨਲ ਫਲਾਈਟ ਦੇ ਨੇੜੇ ਨਹੀਂ ਜਾ ਸਕਦਾ ਜੀ ਠੀਕ ਹੈ ਤੇ ਮੁਲਾਜ਼ਮ ਕਿਉਂ ਰੱਖੇ ਤੁਸੀਂ ਜੀ ਜੀ 10-10 ਸਾਲ ਦੇ ਮੁਲਾਜ਼ਮ ਹੈ ਤੁਹਾਡੇ ਜੀ ਉਦੋਂ ਇਹ ਪਾ ਕੇ ਜਾਂਦੇ ਰਹੇ ਜੀ ਤੇ ਤੁਹਾਨੂੰ ਤਕਲੀਫ਼ ਨਹੀਂ ਹੋਈ ਹੁਣ ਤੁਹਾਨੂੰ ਕੀ ਤਕਲੀਫ਼ ਹੈ ਹੁਣ ਕਿਹੜੀ ਸਿਕਿਉਰਿਟੀ ਦੀ ਪ੍ਰੋਬਲਮ ਪੈਦਾ ਹੋਊਗੀ ਜੀ ਜੀ ਤੁਹਾਨੂੰ ਆਪਣੇ ਮੁਲਾਜ਼ਮਾਂ ਤੇ ਸ਼ੱਕ ਹੋਣ ਲੱਗ ਗਿਆ ਪਰ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਅਪਮਾਨ ਹੈ ਧੋਖਾ ਹੈ ਜੀ ਬਹੁਤ ਗਲਤ ਫੈਸਲਾ ਹੈ ਜੀ ਔਰ ਜਿਵੇਂ ਤੁਸੀਂ ਦੱਸਿਆ ਕਿ ਸੈਕਸ਼ਨ 25 ਧਾਰਾ ਦਾ ਵੀ ਉਲੰਘਣ ਹੈ ਇੰਡੀਅਨ ਕਨਸਟੀਟਿਊਸ਼ਨ ਦੀ ਜੀ ਉਹ ਅਸੀਂ ਇਸ ਵਾਸਤੇ ਹਰ ਨਾਲੇ ਨੂੰ ਫਾਈਟ ਆਊਟ ਕਰਾਂਗੇ ਜੀ ਔਰ ਮੈਂ ਸਮਝਦਾ ਕਿ ਅਸੀਂ ਇਹਨੂੰ ਹੱਲ ਕਰ ਲਾਂਗੇ ਜੀ ਤੇ ਨਾ ਹੈ ਤਾਂ ਮੇਰੇ ਸਾਰੇ ਰਸਤੇ ਖੁੱਲੇ ਆ ਸਾਡੇ ਕੋਲ ਜੀ ਕੋਈ ਵੀ ਰਸਤਾ ਚਾਰ ਕਰ ਸਕਦੇ ਜੀ ਪ੍ਰਧਾਨ ਸਾਹਿਬ ਸਾਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪੈਣਾ ਹੈ ਤੁਸੀਂ ਲਾਈਨ ਦੇ ਉੱਤੇ ਰਹੋ ਤੁਹਾਡੀ ਗੱਲਬਾਤ ਤੁਹਾਡੀ ਸ਼ਮੂਲੀਅਤ ਬਹੁਤ ਮਹੱਤਵਪੂਰਨ ਹੈ ਇਸ ਗੱਲ ਨੂੰ ਅਸੀਂ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਨਹੀਂ ਬੜਾ ਚੰਗਾ ਕੀਤਾ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਅਸੀਸ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਕਾਰ ਸ੍ਰੀ ਸਾਹਿਬ ਕਿਰਪਾਨ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਅੰਮ੍ਰਿਤਸਰ ਏਅਰਪੋਰਟ ਦੇ ਕਮਾਂਡੈਂਟ ਨੇ ਜਿਹੜੀ ਪਾਬੰਦੀ ਲਗਾਈ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਇੱਕ ਬਹੁਤ ਹੀ ਗੰਭੀਰ ਇੱਕ ਲਫ਼ਜ਼ ਵਰਤਿਆ ਹੈ ਕਿ ਉਸ ਦੀ ਨਾਦਰਸ਼ਾਹੀ ਸੋਚ ਔਰ ਫਿਰਕੂ ਸੋਚ ਇਹ ਲਫ਼ਜ਼ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਵਰਤਣਾ ਇੱਕ ਬਹੁਤ ਹੀ ਮਸਲੇ ਦੀ ਗੰਭੀਰਤਾ ਦੱਸਦਾ ਹੈ ਔਰ ਇਹ ਸਹੀ ਵੀ ਹੈ ਪਤਾ ਨਹੀਂ ਕੀ ਗੱਲ ਹੈ ਕੁਛ ਲੋਕਾਂ ਨੂੰ ਸਿੱਖਾਂ ਦੀ ਕਿਰਪਾਨ ਉਸਦੇ ਤੋਂ ਕਿਉਂ ਇਤਨੀ ਹਕਾਰਤ ਔਰ ਕਿਉਂ ਉਸਦੇ ਉੱਤੇ ਐਸੀ ਕੈਰੀ ਨਜ਼ਰ ਰੱਖਦੇ ਹਨ ਮਹਾਤਮਾ ਗਾਂਧੀ ਨੇ ਵੀ ਇੱਕ ਵਾਰ ਪੀਸ ਕਮਿਸ਼ਨ ਦੀ ਮੀਟਿੰਗ ਸੀ ਤਾਂ ਉੱਥੇ ਤੰਜ਼ੀਆ ਲਹਿਜ਼ੇ 'ਚ ਮਜ਼ਾਕ ਕੀਤਾ ਮਾਸਟਰ ਤਾਰਾ ਸਿੰਘ ਜੀ ਨਾਲ
ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਕਹਿਣ ਲੱਗੇ ਮਹਾਤਮਾ ਗਾਂਧੀ ਇਹ ਪੀਸ ਕਮਿਸ਼ਨ ਕੀ ਮੀਟਿੰਗ ਹੈ, ਇਸਕੋ ਯਹਾਂ ਸਾਥ ਮੇਂ ਕਿਉਂ ਲਾਏ ਹੈ, ਇਸ ਕਿਰਪਾਨ ਕੋ ਕਿਉਂ ਲਾਏ ਹੈ। ਮਾਸਟਰ ਜੀ ਨੇ ਜਵਾਬ ਦਿੱਤਾ, ਤੇਰੀ ਰਕਸ਼ਾ ਕੇ ਲਈ। ਦਰਅਸਲ ਇਹ ਕਿਰਪਾਨ ਇਹ ਸਾਰਿਆਂ ਦੀ ਰੱਖਿਆ ਲਈ ਹੈ, ਕਿਸੇ 'ਤੇ ਹਮਲਾ ਕਰਨ ਲਈ ਨਹੀਂ। ਪਰ ਕਿਉਂ ਨਹੀਂ ਸਮਝ ਆਉਂਦੀ, ਕਦੀ ਵਿਨੋਬਾ ਭਾਵੇ ਵੀ ਇਸ ਦੇ ਉੱਤੇ ਇਤਰਾਜ਼ ਕਰਦੇ ਹਨ, ਕਦੀ ਕਿਰਪਾਨ ਕਰਕੇ ਹੀ ਮਹਾਤਮਾ ਗਾਂਧੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁੰਮਰਾਹ ਦੇਸ਼ ਭਗਤ ਦਾ ਖਿਤਾਬ ਦੇ ਦਿੰਦੇ ਹਨ। ਤੋ ਹੁਣ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਅਲਟੀਮੇਟਮ ਦਿੱਤਾ ਗਿਆ ਹੈ, ਕਿ ਪ੍ਰਧਾਨ ਸਾਹਿਬ ਜੇ ਉਹ ਅਲਟੀਮੇਟਮ ਪੂਰਾ ਹੋਣ 'ਤੇ, ਕਿਉਂਕਿ ਸਿੱਧੀ ਕਾਨੂੰਨ ਦੀ ਸੰਵਿਧਾਨ ਦੀ ਉਲੰਘਣਾ ਹੈ, ਆਪ ਇਸ ਦੇ ਉੱਤੇ ਕਾਨੂੰਨੀ ਚਾਰਾਜੋਈ ਵੀ ਕਰੋਗੇ? ਸਾਡੀ ਉਹਨਾਂ ਨੇ ਗੱਲਬਾਤ ਕੀਤੀ ਸਾਡੇ ਨਾਲ, ਹਾਂਜੀ ਪਰਸੋਂ ਗੱਲਬਾਤ ਹੋਈ ਹੈ ਸਾਡੀ। ਅੱਛਾ ਜੀ। ਤੇ ਉਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ। ਅੱਛਾ ਜੀ। ਹਾਂਜੀ, ਉਹਨੇ ਕਿਹਾ ਸੀ ਉਹ ਸਿਸਟਮ ਇਨਵੋਲਵ ਕਰ ਲਾਂਗੇ। ਹਾਂਜੀ, ਇਨਵੋਲਵ ਕਰ ਲਾਂਗੇ, ਜਿਹਦੇ ਨਾਲ ਅਸੀਂ ਇਹ ਕਰ ਲਾਂਗੇ। ਅੱਛਾ, ਉਹ ਅੱਜ ਮੈਂ ਜਾਣਾ ਅੰਮ੍ਰਿਤਸਰ ਫੇਰ ਜੀ, ਤੁਸੀਂ ਦੇਖਦੇ ਹਾਂ ਉਹਦੇ ਬਾਰੇ ਕੀ ਨਿਕਲਦਾ ਹੈ। ਹਾਂਜੀ, ਮੈਂ ਸਮਝਿਆ ਕਿ ਅਸੀਂ ਇਹਨਾਂ ਦਾ ਘਰਾਓ ਕਰਾਂਗੇ ਜੀ ਏਅਰਪੋਰਟ ਦਾ। ਹਾਂਜੀ, ਔਰ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਵੀ ਦਿੱਲੀ ਕੀ ਕਰਨਾ ਜੀ, ਫਿਰ ਦੇਖਾਂਗੇ ਵਿਚਾਰਾ ਜਾਈ ਸੰਬੰਧ ਵਿੱਚ ਵੀ ਅਸੀਂ ਜੀ ਲਾਇਰਸ ਨੇ ਜੀ ਸਲਾਹ ਮਸ਼ਵਰਾ ਕਰਾਂਗੇ ਸਰ। ਜੀ ਜੀ, ਜੋ ਵੀ ਬਣ ਸਕਦਾ ਜੀ ਜ਼ਰੂਰ ਕਰਾਂਗੇ ਜੀ, ਔਰ ਇਹਨੂੰ ਪੂਰੀ ਤਰ੍ਹਾਂ ਤੋਤਾ ਮੇਲ ਫਾਈਟ ਆਊਟ ਕਰਾਂਗੇ। ਬਿਲਕੁਲ ਬਿਲਕੁਲ, ਕਰਨ ਦੀ ਲੋੜ ਵੀ ਹੈ, ਕਿਉਂਕਿ ਜੇ ਉੱਥੇ ਖਤਮ ਹੋ ਗਿਆ ਤਾਂ ਫਿਰ ਤਾਂ ਇਹ ਬਹੁਤ ਹੀ ਗੰਭੀਰ ਮਸਲਾ ਹੈ। ਮੈਂ ਇੱਕ ਹੋਰ ਆਪ ਨੂੰ ਬੇਨਤੀ ਕਰਦੇ ਹਾਂ, ਜਿਹੜਾ ਭਾਰਤ ਸਰਕਾਰ ਦਾ DGCA ਦਾ ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ ਦਾ ਸਰਕੂਲਰ ਹੈ, ਉਹ 9 ਇੰਚ ਤੱਕ ਦੀ ਕਿਰਪਾਨ ਦਾ ਹੈ, 6 ਇੰਚ ਦਾ ਨਹੀਂ। DGCA ਦੇ ਸਰਕੂਲਰ ਮੁਤਾਬਕ 9 ਇੰਚ ਦੀ ਕਿਰਪਾਨ ਪਾ ਕੇ ਕੋਈ ਵੀ ਸਿੱਖ ਯਾਤਰੀ ਹਵਾਈ ਜਹਾਜ਼ ਵਿੱਚ ਸਫ਼ਰ ਕਰ ਸਕਦਾ ਹੈ। ਪ੍ਰਧਾਨ ਸਾਹਿਬ, ਇੱਕ ਅਖੀਰਲਾ ਸਵਾਲ ਹੈ ਕਿ ਪਹਿਲਾਂ ਤਾਂ ਪੰਥਕ ਜਥੇਬੰਦੀ ਹਮੇਸ਼ਾ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਉਹ ਹਰ ਪੰਥਕ ਮਸਲੇ ਨੂੰ ਲੈ ਕੇ ਲੜਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਜੀ ਪ੍ਰਧਾਨ ਹੋ, ਪਰ ਆਪ ਦੇ ਰਿਸੋਰਸਿਸ ਔਰ ਮੁੱਖ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਤਬਦੀਲ ਹੋਣ ਜਾਣ ਦੇ ਬਾਅਦ ਕੀ ਕੋਈ ਨਿਰੋਲ ਪੰਥਕ ਜਥੇਬੰਦੀ ਹੈ ਜਿਹੜੀ ਇਹੋ ਜਿਹੇ ਮਸਲੇ ਚੁੱਕ ਸਕੇਗੀ? ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸੋਚ ਨੂੰ, ਪੰਥਕ ਵਿਚਾਰਧਾਰਾ ਨੂੰ ਜੀ, ਔਰ ਪੰਥ ਪ੍ਰਤੀ ਸਵਤੰਤਰਤਾ ਨਾਲ ਕੀਤੇ ਪਿਛਲੇ ਇਤਿਹਾਸ ਦੇ ਸੰਘਰਸ਼ਾਂ ਨੂੰ ਜੀ ਕਦੀ ਅੱਖੋਂ ਪਰੋਖ ਨਹੀਂ ਕੀਤਾ ਜਾ ਸਕਦਾ ਜੀ। ਬਿਲਕੁਲ, ਮੈਂ ਸਮਝਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੋਂਦ ਹੈ ਇਹ 14 ਨਵੰਬਰ ਨੂੰ ਹੋਈ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਜਿਹੜੀ ਹੈ ਉਹ 19 ਦਸੰਬਰ 1921 ਨਾਲ ਬਾਅਦ ਹੋਈ ਸੀ ਜੀ, ਔਰ ਇਹ ਸਮਝਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਢਾਲ ਵਜੋਂ ਕੰਮ ਕਰੇਗਾ ਜੀ, ਸ਼ਕਤੀ ਵਜੋਂ ਕੰਮ ਕਰੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਨਾਲ। ਔਰ ਮੈਂ ਸਮਝਦਾ ਕਿ ਅੱਜ ਵੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਲਈ ਇਸ ਇਹਨਾਂ ਮਤਿਆਂ ਇਹਨਾਂ ਮਸਲਿਆਂ ਪ੍ਰਤੀ ਜੀ ਇਹਦੇ ਵਿੱਚ ਕੌਮ ਨੂੰ ਦਰਪੇਸ਼ ਹੁੰਦੇ ਹੈ ਜੀ, ਉਹ ਜਿਹੜਾ ਸਿੱਧੇ ਤੌਰ ਤੇ ਗਰਸ਼ੀਲ ਹੁੰਦਾ, ਉਹਦੇ ਲਈ ਯਤਨ ਕਰਦਾ, ਉਹਦੇ ਲਈ ਹਰ ਚਾਰਾਜੋਈ ਕਰਦਾ ਜੀ, ਔਰ ਉਹਦੇ ਲਈ ਲੋਕਾਂ ਦੇ ਸੰਘਰਸ਼ ਵੀ ਕਰਦਾ ਜੀ। ਇਸ ਵਾਸਤੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਕੀਤੀ ਗਈ, ਜਿਹੜੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਜੀ, ਫਿਰ ਪੰਥ ਸ੍ਰੀਮਾਨ ਮਾਲ ਸਤਾਰਾ ਸਿੰਘ ਜੀ, ਫਿਰ ਸੰਤ ਫਤਿਹ ਸਿੰਘ ਜੀ, ਫਿਰ ਸੰਤ ਹਰਜਨ ਸਿੰਘ ਤੇ ਅੱਜ ਜੀ ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਅੱਜ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੀ, ਇਹ ਉਹੀ ਪੰਥਕ ਸੋਚਧਾਰਾ ਦੇ ਜੀ ਉਸੇ ਵਿਚਾਰ ਦੇ ਉਸੇ
ਪਾਲਸੀ ਪ੍ਰੋਗਰਾਮ ਦੇ ਮਸਤੈਦਗੀ ਨਾਲ ਉਹਦੇ ਉੱਤੇ ਅਮਲ ਕਰ ਰਹੇ ਹੈ ਜੀ। ਔਰ ਮੈਂ ਸਮਝਦਾ ਕਿ ਇਹ ਇੱਕੋ ਇੱਕ ਇਹੀ ਜਥੇਬੰਦੀ ਹੈ, ਸੰਸਥਾ ਹੈ ਜਿਹੜੀ ਪੰਥ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ, ਜਿਹਨੇ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦਾ ਇਤਿਹਾਸ ਹੈ, ਇੱਕ ਸੁਨਹਿਰੀ ਇਤਿਹਾਸ ਹੈ 90-92 ਸਾਲ ਦਾ, ਜਿਹਨੇ ਪੰਥ ਦੇ ਹਿੱਤਾਂ ਲਈ ਹਮੇਸ਼ਾ ਯਤਨ ਕੀਤੇ ਹੈ, ਸੰਘਰਸ਼ ਕੀਤਾ ਹੈ ਜੀ। ਪ੍ਰਧਾਨ ਸਾਹਿਬ, ਤੁਸੀਂ ਤੁਹਾਡਾ ਕਹਿਣਾ ਦਰੁਸਤ ਹੈ, ਮੁਬਾਰਕ ਹੈ, ਸਾਡੀ ਇੱਛਾ ਸਾਡੀ ਭਾਵਨਾ ਜਿੰਨੀ ਮਰਜ਼ੀ ਸ਼ੁੱਧ ਹੋਏ, ਪਰ ਇੱਥੇ ਕਾਨੂੰਨ ਦੇ ਮੁਤਾਬਕ ਭਾਰਤ ਨੇ ਜੋ ਕਾਨੂੰਨ ਬਣਾ ਦਿੱਤਾ ਹੈ, ਕੋਈ ਵੀ ਰਾਜਨੀਤਿਕ ਪਾਰਟੀ ਧਰਮ ਦੀ ਗੱਲ ਨਹੀਂ ਕਰ ਸਕਦੀ, ਇਹ ਕਾਨੂੰਨੀ ਅੜਚਣ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਭਾਵਨਾ ਦੇ ਬਾਵਜੂਦ, ਨਿਰੋਲ ਸ਼ੁੱਧ ਪੰਥਕ ਭਾਵਨਾਵਾਂ ਦੇ ਬਾਵਜੂਦ, ਇਹਦੇ 'ਤੇ ਕਾਨੂੰਨੀ ਤੌਰ ਦੇ ਉੱਤੇ ਇੱਕ ਰੁਕਾਵਟ ਹੈ, ਉਸ ਨੂੰ ਅਸੀਂ ਕਿੱਦਾਂ ਦੂਰ ਕਰ ਸਕਦੇ? ਦੇਖੋ, ਸ਼੍ਰੋਮਣੀ ਅਕਾਲੀ ਦਲ ਫਾਈਟ ਆਊਟ ਕਰ ਰਿਹਾ, ਜੋ ਵੀ ਕਰ ਰਿਹਾ ਜੀ, ਉਹਦੇ ਬਾਰੇ ਤਾਂ ਮੈਂ ਬਹੁਤਾ ਵਿਸਥਾਰ ਨਹੀਂ ਦੱਸ ਸਕਦਾ, ਕਿਉਂਕਿ ਜੀ ਇਹ ਪੋਲੀਟੀਕਲ ਮਸਲਾ ਵੀ ਹੈ ਪਾਰਟੀ ਦਾ ਜੀ ਜੀ, ਉਹ ਹੀ ਦੱਸ ਸਕਦੇ ਨੇ, ਸਾਡੇ ਪ੍ਰਧਾਨ ਸਾਹਿਬ ਦੱਸ ਸਕਦੇ ਆ, ਠੀਕ ਹੈ ਠੀਕ ਹੈ ਠੀਕ ਹੈ ਦੱਸ ਸਕਦਾ ਠੀਕ ਹੈ। ਮੈਂ ਸਮਝਦਾ ਕਿ ਜੇ ਅਸੰਗਤੀ ਰੂਪ ਵਿੱਚ ਤੇ ਜਨਤਕ ਰੂਪ ਵਿੱਚ ਜੀ ਤੇ ਪੰਥਕ ਰੂਪ ਵਿੱਚ ਦੇਖਿਆ ਜਾਏ ਜੀ ਜੀ, ਅੱਜ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਹੈ, ਇਹ ਪੁੱਗ ਚੁੱਕੀ ਹੈ, ਤੇ ਸਰਕਾਰ ਕਿਉਂ ਨਹੀਂ ਇਲੈਕਸ਼ਨ ਕਰਾਉਂਦੀ, ਕੀ ਦਿੱਕਤ ਹੈ? ਦੇਖੋ, ਬੜੀ ਸਿੱਧੀ ਜੀ ਗੱਲ ਹੈ, ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਕੀਤੀ ਜਾਂਦੀ ਹੈ ਜੀ, ਉਹਨੂੰ ਕਿਹਾ ਜਾਂਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਾਉਣੀਆਂ ਜੀ, ਉਹ ਆਪਣਾ ਪ੍ਰੋਸੈਸ ਸ਼ੁਰੂ ਕਰਦਾ ਜੀ, ਪ੍ਰੋਸੈਸ ਸ਼ੁਰੂ ਕਰਨ ਦੇ ਨਾਲ ਉਸ ਤੋਂ ਬਾਅਦ ਅਗਲੇ ਸਟੈਪ ਚੋ ਜੀ ਵੋਟਾਂ ਬਣਾਉਣੀਆਂ ਸ਼ੁਰੂ ਕਰਦਾ ਜੀ, ਵੋਟਾਂ ਬਣਾਉਣ ਤੋਂ ਬਾਅਦ ਉਹ ਇਤਰਾਜ਼ ਮੰਗਦਾ, ਵੋਟਾਂ ਬਣਾਉਣ ਲਈ 4-5 ਮਹੀਨੇ ਦਾ ਟਾਈਮ ਦਿੱਤਾ ਜਾਂਦਾ, ਫਿਰ ਇਤਰਾਜ਼ ਦੇਣ ਲਈ 3 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਜੀ ਜੀ, ਇਹ ਏਡਾ ਲੰਬਾ ਪ੍ਰੋਸੈਸ ਹੈ, ਇਤਰਾਜ਼ ਆਉਣ ਤੋਂ ਬਾਅਦ ਇਤਰਾਜ਼ ਰਿਮੂਵ ਕਰਾਏ ਜਾਂਦੇ ਨੇ, ਫਿਰ ਜਾ ਕੇ ਕਿਤੇ ਫਾਈਨਲ ਲਿਸਟ ਆਫ ਵੋਟਰ ਜਿਹੜੀ ਛੱਡਦੀ ਹੈ ਜੀ ਜੀ ਹਾਂਜੀ ਜੀ, ਉਸ ਤੋਂ ਬਾਅਦ ਜਾ ਕੇ ਤਿਆਰੀ ਕੀਤੀ ਜਾਂਦੀ ਹੈ ਜੀ, ਨਾਓ ਵੀ ਆਰ ਰੈਡੀ ਫਾਰ ਦੀ ਇਲੈਕਸ਼ਨ ਜੀ, ਐਂਡ ਦੀ ਗ੍ਰੀਨ ਸਿਗਨਲ ਸ਼ੁਡ ਬੀ ਗਿਵਨ ਬਾਈ ਦੀ ਹੋਮ ਮਿਨਿਸਟਰੀ ਜੀ ਜੀ ਜੀ, ਮੈਨੂੰ ਸਮਝ ਨਹੀਂ ਆ ਰਹੀ, ਦੇਖੋ ਬੜੀ ਹੈਰਾਨੀ ਦੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਸਾਰਾ ਕੁਝ ਤਿਆਰ ਕਰ ਲਿਆ ਜੀ, ਇਨ ਥਾਵਾਂ ਤੋਂ ਕੰਪਲੇਂਟਸ ਆਈਆਂ ਕਿ ਵੋਟਾਂ ਠੀਕ ਨਹੀਂ ਹੈਗੀਆਂ, ਸਰ ਪਲੱਸ ਪਾਤਲਾ ਸਮਾਨਾ ਤੋਂ ਉਹਨਾਂ ਦੀ ਦਰੁਸਤੀ ਕਰਾ ਕੇ ਮੈਨੂੰ ਗ੍ਰੀਨ ਸਿਗਨਲ ਦਿਓ ਜੀ, ਮੈਂ 8 ਮਈ ਨੂੰ ਇਲੈਕਸ਼ਨ ਕਰਾ ਸਕਾਂ ਜੀ, ਸ਼ਡਿਊਲ ਧਰਿਆ ਧਰਿਆ ਰਹਿ ਗਿਆ, ਗਵਰਨਮੈਂਟ ਨੇ ਕੋਈ ਰਿਸਪੋਂਸ ਨਹੀਂ ਕੀਤੀ। ਬਿਲਕੁਲ, ਇਹੀ ਹਰ ਵਾਰੀ ਹੁੰਦਾ ਰਿਹਾ, ਹਮੇਸ਼ਾ ਲੇਟ ਕਰਦੇ ਹੈ, ਔਰ ਜਿਹਦੇ ਵਿੱਚ ਲੋਕਾਂ 'ਚ ਇਹ ਭੁਲੇਖਾ ਜਾਂਦਾ ਹੈ ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਇਹ ਦੇਰੀ ਕੀਤੀ ਜਾ ਰਹੀ, ਜਿਹੜੀ ਬਿਲਕੁਲ ਗਲਤ ਹੈ ਔਰ ਜਿਹਦੇ 'ਚ ਕੋਈ ਸੱਚ ਨਹੀਂ। ਜਿੰਨੀ ਵਾਰ ਮੈਂ ਜਾ ਕੇ ਮਿਲਿਆ ਜੀ, ਜਿੰਨੀ ਵਾਰ ਮੈਂ ਜਾ ਕੇ ਮਿਲਿਆ ਇਲੈਕਸ਼ਨ ਕਮਿਸ਼ਨ ਨੂੰ, ਇੰਨੀ ਵਾਰ ਸ਼ਾਇਦ ਸੁਪਲੀਮੈਂਟਰੀ ਗਰੁੱਪ ਤੇ ਇਹ ਵੀ ਨਾ ਮਿਲੇ ਹੋਣਗੇ ਜੀ, ਔਰ ਇੱਥੋਂ ਤੱਕ ਸਗੋਂ ਇਲੈਕਸ਼ਨ ਕਮਿਸ਼ਨ ਨੇ ਹੱਸਦਿਆਂ ਮੈਨੂੰ ਕਹਿ ਦਿੱਤਾ ਜੀ, ਪ੍ਰਧਾਨ ਸਾਹਿਬ ਤੁਸੀਂ ਪਹਿਲੇ ਪ੍ਰਧਾਨ ਨੂੰ ਜਿਹੜੇ ਕਹਿੰਦੇ ਇਲੈਕਸ਼ਨ ਜਲਦੀ ਹੋਵੇ, ਨਹੀਂ ਟੋੜਾ ਸਾਹਿਬ ਵੀ ਕਹਿੰਦੇ ਰਹੇ, ਹਮੇਸ਼ਾ ਕਰਦੇ ਸੀ ਜੀ, ਕੰਮ ਕੀਤਾ ਹੈ ਹਾਂਜੀ, ਅਸੀਂ ਕੰਮ ਕੀਤਾ ਹੈ, ਅਸੀਂ ਲੋਕਾਂ ਦਾ ਮੈਂਡੇਟ ਜਾਣੇ ਆ ਠੀਕ ਹੈ, ਕਿਉਂਕਿ ਜਿੰਨਾ ਕੰਮ ਪਿਛਲੇ 5-6 ਸਾਲਾਂ ਚ ਮੇਰੇ ਟੁੰਡੇ ਉੱਤੇ ਹੋਇਆ ਜੀ, ਅੱਜ ਸ਼੍ਰੋਮਣੀ ਕਮੇਟੀ ਦੀ ਹੋਂਦ
ਹਰ ਘਰ ਦੇ ਵਿੱਚ ਚਲੀ ਗਈ, ਪਿੰਡ ਪਿੰਡ ਦੇ ਵਿੱਚ ਚਲੀ ਗਈ, ਠੀਕ ਹੈ, ਹਰ ਨਗਰ ਦੇ ਵਿੱਚ ਚਲੀ ਗਈ, ਕਿਤੇ ਸਕੂਲ ਬਣ ਰਿਹਾ, ਕਾਲਜ ਬਣ ਰਿਹਾ, ਕਿਤੇ ਯੂਨੀਵਰਸਿਟੀ ਬਣ ਰਹੀ ਹੈ, ਕਿਤੇ ਗੁਰਦੁਆਰਾ ਸਾਹਿਬਾਨ ਦੀ ਮਦਦ ਕੀਤੀ ਜਾ ਰਹੀ ਹੈ, ਕਿਤੇ ਬੱਚਿਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਕਿਤੇ ਐਜੂਕੇਸ਼ਨ ਦੇ ਵਜ਼ੀਫੇ ਦਿੱਤੇ ਜਾ ਰਹੇ ਨੇ। ਅੱਛਾ ਪ੍ਰਧਾਨ ਸਾਹਿਬ, ਇੱਕ ਅਖੀਰਲਾ ਸਵਾਲ ਹੈ, ਕਿਉਂਕਿ ਆਪ ਦਾ ਵੀ ਕਾਫੀ ਸਮਾਂ ਹੋ ਗਿਆ, ਆਪਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਇਤਨੇ ਲੰਬੇ ਸਮੇਂ ਤੱਕ ਕੀਤੀ, ਔਰ ਹੁਣ ਫਿਰ ਉਹੀ ਦੁਖਦਾਈ ਸਮਾਂ ਜਿਹੜਾ ਕਿ ਹਰ ਵਾਰੀ ਨਾਸੂਰ ਦੀ ਤਰ੍ਹਾਂ ਆਉਂਦਾ, ਘੱਲੂਘਾਰੇ ਦਾ, ਜੂਨ 84 ਦਾ ਫਿਰ ਦਿਨ ਆ ਰਿਹਾ, ਉਸ ਦੇ ਵਿੱਚ ਕੀ ਕੋਈ ਖਾਸ ਪ੍ਰੋਗਰਾਮ ਹੈ ਜਾਂ ਕਿੱਦਾਂ ਉਸ ਦਿਨ ਦੇ ਬਾਰੇ ਕੀ ਪ੍ਰੋਗਰਾਮ ਲਿਖੇ ਗਏ? ਜੀ ਮਾਨ ਮਰਿਆਦਾ ਨੂੰ ਕਾਇਮ ਰੱਖੀ ਕੀਤੇ ਜਾਂਦੇ ਆ ਜੀ, ਉਸ ਦਿਨ ਅਕਾਲ ਤਖ਼ਤ ਸਾਹਿਬ ਤੇ ਜੀ ਮਨਪੁਰ ਸਾਹਿਬ ਤੋਂ ਰਹਿਣ ਉਪਰੰਤ ਜਿਹੜਾ ਜੀ ਹੁੰਦਾ, ਔਰ ਕੀਰਤਨ ਤੋਂ ਬਾਅਦ ਸਮਾਪਤੀ ਹੋਣ ਤੋਂ ਬਾਅਦ ਜਿਹੜਾ ਜਨਰਲ ਸਪੀਕਰ ਪ੍ਰਤਾਪ ਸਿੰਘ ਕਰਦੇ ਜੀ, ਗਗਨ ਸਿੰਘ ਜੀ ਆਪਣਾ ਸੰਦੇਸ਼ ਦੇਣਗੇ, ਠੀਕ, ਔਰ ਉਸ ਤੋਂ ਬਾਅਦ ਠੀਕ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੱਥੇ ਸਾਰੇ ਸੰਸਾਰ ਵਿੱਚ ਸਿੱਖ ਵਸਦਾ ਹੈ, ਦਿਨ ਰਾਤ ਅਰਦਾਸ ਕਰਦਾ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਜੀ ਜੀ, ਹਾਂਜੀ ਹਾਂਜੀ, ਨਹੀਂ ਮੈਂ ਜ਼ਰੂਰ ਆਉਂਦਾ, ਇੱਕ ਸੈਕਿੰਡ ਦਿਓ। ਸੋ ਹਰ ਸਿੱਖ ਦੀ ਅਰਦਾਸ ਇਹ ਹੁੰਦੀ ਹੈ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਹਰ ਸਿੱਖ ਦੀ ਭਾਵਨਾ ਉਸਦੇ ਜ਼ਿਹਨ ਵਿੱਚ, ਉਸਦੇ ਦਿਲ ਵਿੱਚ, ਉਸਦੇ ਦਿਮਾਗ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉੱਕਰਿਆ ਹੋਇਆ, ਜਿਹੜਾ ਬਿਲਕੁਲ ਮਿਟ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ। ਸੋ ਤੁਸੀਂ ਇਸ ਅਹਿਮ ਅਹੁਦੇ 'ਤੇ ਹੋ, ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਇੱਥੋਂ ਦੀ ਸੰਗਤ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਮੈਂ ਸਮਝ ਰਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਾਰਮਿਕ ਖੇਤਰ ਦੇ ਵਿੱਚ ਪੂਰੀ ਸਰਦਾਰ ਨਾਲ ਕਾਰਜਸ਼ੀਲ ਹੈ ਜੀ, ਔਰ ਇਹਨੇ ਬਹੁਤ ਵੱਡੇ ਕਾਰਜ ਕੀਤੇ ਆ ਧਾਰਮਿਕ ਖੇਤਰ ਦੇ ਵਿੱਚ ਜੀ, ਰਾਜਨੀਤਿਕ ਖੇਤਰ, ਸਮਾਜਿਕ ਖੇਤਰ ਦੇ ਵਿੱਚ, ਵਿਦਿਅਕ ਖੇਤਰ ਦੇ ਵਿੱਚ, ਬੱਚਿਆਂ ਦੇ ਕਰੀਅਰ ਭਵਿੱਖ ਨੂੰ ਬਣਾਉਣ ਲਈ, ਪੂਰੇ ਸਮੱਸਿਆ ਨੂੰ ਚਰਚਾ ਕਰਨ ਲਈ ਮੁਹਿੰਮਾਂ ਚੱਲ ਰਹੀਆਂ, ਉੱਥੇ ਅਸੀਂ ਇਹ ਮਹਿਸੂਸ ਕੀਤਾ ਕਿ ਸਮਾਜਿਕ ਖੇਤਰ ਵਿੱਚ ਵੱਡੀ ਬੜੀ ਵੱਡੀ ਚੁਣੌਤੀ ਹੈ ਜੀ ਕੈਂਸਰ ਦੇ ਰੋਗ ਦੀ, ਔਰ ਕੈਂਸਰ ਦਾ ਜਿਹੜਾ ਪੀੜਤ ਹੁੰਦਾ ਹੈ, ਨਾ ਉਹਦਾ ਤਨ ਰਹਿੰਦਾ, ਨਾ ਮਨ ਰਹਿੰਦਾ, ਨਾ ਉਹਦਾ ਤਨ ਰਹਿੰਦਾ, ਸਮਰੱਥ ਹੋ ਜਾਂਦੇ ਨੇ ਚਰਚਾ ਕਰਨ ਤੋਂ। ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕੈਂਸਰ ਰਿਲੀਫ ਫੰਡ ਬਣਾਉਣ ਦਾ ਘੋਸ਼ਣਾ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਜੀ, 11 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਗਿਆ ਜੀ, ਤੇ ਸਾਡੇ 180 ਮੈਂਬਰ ਨੇ 10-10 ਹਜ਼ਾਰ ਰੁਪਇਆ ਉਹਨਾਂ ਤੋਂ ਸਾਰੀ ਕੋਟੀ ਤੋਂ ਲਿਆ ਗਿਆ ਜੀ। ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਨੇ ਇੱਕ ਦਿਨ ਦੀ ਤਨਖਾਹ ਜਿਹੜੀ ਹੈ ਜੀ ਉਹਦੇ ਦਿੱਤੀ ਹੈ ਜੀ, ਔਰ ਇਹ ਫੰਡ ਜਿਹੜਾ ਅਸੀਂ ਅੱਜ ਕੱਲ੍ਹ ਰੋਜ਼ ਜਿਹੜਾ ਵੀ ਕੋਈ ਕੈਂਸਰ ਪੀਰੀਅਡ ਹੁੰਦਾ ਉਹਦਾ ਰਿਕਾਰਡ ਬਣਾ ਰਹੇ ਹਾਂ, ਠੀਕ ਹੈ, ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਾ ਰਹੇ ਹਾਂ, ਠੀਕ ਹੈ। ਮੈਂ ਸਮੁੱਚੀ ਸੋਚੀ ਜਗਤ ਨੂੰ ਸੰਸਾਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਕੈਂਸਰ ਦੇ ਰਿਲੀਫ ਲਈ, ਕੈਂਸਰ ਦੇ ਵਿੱਚ ਪੀੜਤਾਂ ਨੂੰ ਮਦਦ ਕਰਨ ਦੇ ਲਈ ਜੀ ਆਪਾਂ ਕੋਈ ਐਸਾ ਯਤਨ ਕਰ ਸਕੀਏ ਜੀ, ਇਹਦੇ ਲਈ ਮੈਂ ਚਲੇ ਜਾਏਗੀ ਸਾਰੇ ਸਿੱਖ ਜਗਤ ਨੂੰ ਮੇਰੀ ਬੇਨਤੀ ਹੈ ਕਿ ਉਹਦੇ ਵਿੱਚ ਸਹਿਯੋਗ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਆਪਣੇ ਡਰਾਫਟਾਂ ਰਾਹੀਂ ਜਾਂ ਜਿਹੜੇ ਵੀ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ, ਜਿਹੜੇ ਕਿ ਜਿਨ੍ਹਾਂ ਨੇ ਕਈ ਮਸਲਿਆਂ ਦੇ ਉੱਤੇ ਤੁਹਾਡੇ ਨਾਲ
ਬਹੁਤ ਸਪਸ਼ਟ ਤਰੀਕੇ ਨਾਲ ਗੱਲਬਾਤ ਕੀਤੀ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਬਹੁਤ ਹੀ ਛੋਟੇ ਜਿਹੇ ਬ੍ਰੇਕ ਦੇ ਬਾਅਦ ਆਪ ਦੀਆਂ ਕਾਲਸ ਵਿੱਚ ਅਸੀਂ ਵਾਅਦੇ ਦੇ ਬਾਵਜੂਦ ਪੂਰਾ ਨਹੀਂ ਕਰ ਸਕੇ, ਕੋਸ਼ਿਸ਼ ਕਿਉਂਕਿ ਲਾਈਨ ਦੇਰੀ ਨਾ ਮਿਲੀ ਇਸ ਕਰਕੇ ਇਹ ਕੋਤਾਹੀ ਹੋਈ ਹੈ, ਪਰ ਜਿਵੇਂ ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਰੱਛਿਆ ਔਰ ਨਾਲ ਰਿਆਇਤ ਵੀ ਮੰਗਦੇ ਹਾਂ, ਅੱਜ ਤੁਹਾਥੋਂ ਰਿਆਇਤ ਦੀ ਮੰਗ ਵੀ ਹੈ। ਇੱਕ ਵਕਫਾ, ਉਹਦੇ ਬਾਅਦ ਤੁਹਾਡੀਆਂ ਕਾਲਸ ਅਸੀਂ ਲਵਾਂਗੇ। ਬ੍ਰੇਕ ਦੇ ਬਾਅਦ ਤੁਹਾਡਾ ਸਵਾਗਤ ਹੈ। ਸਾਨੂੰ ਅਫਸੋਸ ਹੈ ਅਸੀਂ ਤੁਹਾਡੀਆਂ ਕਾਲਸ ਦੇ ਲਈ ਸਮਾਂ ਨਹੀਂ ਦੇ ਸਕੇ ਕਿਉਂਕਿ ਲਾਈਨ ਦੇਰੀ ਨਾਲ ਮਿਲੀ। ਸੋ ਫਿਰ ਵੀ ਸਾਡੀ ਬੇਨਤੀ ਹੈ ਕਿ ਤੁਸੀਂ ਬਹੁਤ ਸੰਖੇਪ ਵਿੱਚ ਆਪਣਾ ਸੁਨੇਹਾ ਜ਼ਰੂਰ ਦਿਓ ਤਾਂ ਕਿ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਵਾ ਸਕਣ। ਹੈਲੋ ਜੀ, ਹਾਂਜੀ, ਕੋਈ ਰੂਲ ਕੱਢਿਆ ਹੈ ਜਿਹੜਾ ਕਿ ਸਕਿਉਰਿਟੀ ਫੋਰਸ ਵਾਸਤੇ ਤੁਸੀਂ ਕਿਰਪਾਨ ਨਹੀਂ ਲੈ ਸਕਦੇ। ਮੇਰੇ ਹਿਸਾਬ ਨਾਲ ਤਾਂ ਇਹ ਕੁਛ ਹਾਈ ਕਮਾਂਡ ਦਾ ਡਿਸੀਜਨ ਨਹੀਂ ਹੈਗਾ ਜੀ, ਇਹ ਉਹਨਾਂ ਦੇ ਕੋਈ ਲੋਕਲ ਬੰਦਾ ਹੈਗਾ ਜਿਹੜਾ ਕਿ ਲੋਕਲ ਕਮਾਂਡ ਜਿਹੜਾ ਇੰਚਾਰਜ ਹੈਗਾ ਜਿਹਨੂੰ ਕਿ ਇੰਨੀ ਸਮਤ ਨੀ ਹੈਗੀ, ਬੁੱਧ ਨੀ ਹੈਗੀ, ਉਹਨੇ ਇਹ ਚੀਜ਼ ਕੀਤੀ ਹੈ। ਤੇ ਫਿਰ ਵੀ ਮੇਰੀ ਮਤਲਬ ਵੀ ਆਪਣੇ ਪ੍ਰਧਾਨ ਸਾਹਿਬ ਨੂੰ ਇਹ ਗੁਜ਼ਾਰਿਸ਼ ਹੈ ਕਿ ਉਹ ਇਸ ਚੀਜ਼ ਦੀ ਪੂਰੇ ਪੂਰੀ ਟੇਕ ਕੇਅਰ ਕਰਨ। ਅਗਰ ਉਹਨਾਂ ਨੇ ਇਹ ਲਾ ਕੱਢਿਆ ਹੈ ਕਿ ਸ੍ਰੀ ਸਾਹਿਬ ਲੈ ਕੇ ਜਹਾਜ਼ ਦੇ ਲਾਗੇ ਨੀ ਜਾ ਸਕਦਾ, ਤੇ ਫਿਰ ਉਹ ਸਿਕਿਉਰਿਟੀ ਗਾਰਡ ਜਿਹੜਾ ਉਹ ਰਫਲ ਗਨ ਲੈ ਕੇ ਵੀ ਲਾਗੇ ਨਹੀਂ ਜਾ ਸਕਦਾ। ਇਹਦਾ ਮਤਲਬ ਕੋਈ ਆਰਮਾਮੈਂਟ ਨਹੀਂ ਜਾਣਾ ਚਾਹੀਦਾ, ਨਾ ਗਨ ਹੋਏ ਉਹਦੇ ਕੋਲ ਤੇ ਨਾ ਫਿਰ ਸ੍ਰੀ ਸਾਹਿਬ ਹੋਏ, ਠੀਕ ਹੈ। ਗਨ ਨਾ ਹੋਏ ਉਹਦੇ ਕੋਲ ਤੇ ਫਿਰ ਕਾਹਦੀ ਸਿਕਿਉਰਿਟੀ ਆ ਉਹ, ਠੀਕ ਹੈ। ਠੀਕ ਹੈ, ਸਾਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਮੈਂ ਵੀ ਐਕਸ ਨੇਵੀ ਹਾਂ, ਮੈਂ ਨੇਵੀ ਸਾਲ ਚੜੀ ਆਇਆ ਹਾਂ। ਠੀਕ, ਹਾਈ ਕਮਾਂਡ ਦਾ ਨਹੀਂ ਹੋ ਸਕਦਾ ਕਿਉਂਕਿ ਹਾਈ ਕਮਾਂਡ ਇੰਨਾ ਜਲਦੀ ਇੰਨਾ ਸਟੂਪਿਡ ਜਿਹੜਾ ਡਿਸੀਜਨ ਨਹੀਂ ਲੈਂਦੀ ਉਹ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਜੀ? ਚਰਨਜੀਤ ਕੁੰਡਾਲਾ ਬੋਲ ਰਿਹਾ ਜੀ। ਹਾਂਜੀ, ਤੁਸੀਂ ਅੱਧੇ ਮਿੰਟ ਚ ਆਪਣੀ ਗੱਲ ਕਰੋਗੇ, ਬੜੀ ਮਿਹਰਬਾਨੀ ਹੋਏਗੀ ਜੀ। ਮਾਮਾ ਜੀ, ਮੇਰੀ ਬੇਨਤੀ ਹੈ ਵੀ ਚੋਣ ਕਮੇਟੀ ਨੂੰ ਚਾਹੀਦਾ ਸੀਗਾ ਵੀ ਇਹਨੂੰ ਬੜੀ ਗੰਭੀਰਤਾ ਨਾਲ ਲੈਂਦੀ ਜੀ, ਤੇ ਗ੍ਰਹਿ ਮੰਤਰੀ ਨਾਲ ਸਿੱਧੇ ਪ੍ਰਧਾਨ ਸਾਹਿਬ ਗੱਲ ਕਰਦੇ ਜੀ, ਤੇ ਉਸ ਅਫਸਰ ਦੇ ਖਿਲਾਫ ਕਾਰਵਾਈ ਕਰਨ ਲਈ ਕਹਿੰਦੇ ਜੀ, ਜਿਹਨੇ ਇਹ ਉੱਥੇ ਇੱਕ ਬਰੀਕੀ ਕੀਤੀ ਹੈ ਜੀ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕੰਮ ਨਾ ਕਰਦਾ ਕੋਈ ਜੀ ਜੀ ਜੀ। ਤੇ ਦੂਜਾ ਇਹ ਵੀ ਪੰਜਾਬ ਦੇ ਵਿੱਚ ਆਏ ਦਿਨ ਸਿੱਖਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ, ਥਾਣਿਆਂ ਦੇ ਵਿੱਚ ਰਿਪੋਰਟਾਂ ਆਉਂਦੀਆਂ ਜੀ ਜੀ ਜੀ, ਤੇ ਉਹਦੇ ਬਾਰੇ ਵੀ ਸ਼੍ਰੋਮਣੀ ਅਕਾਲੀ ਦਲ ਕੋਈ ਨੀ ਬੋਲਦਾ, ਇਹਨਾਂ ਦੀ ਆਪਣੀ ਹਕੂਮਤ ਆ, ਸ਼੍ਰੋਮਣੀ ਕਮੇਟੀ ਕੋਈ ਨੀ ਬੋਲਦੀ ਜੀ, ਤੇ ਇਸ ਕਰਕੇ ਇਹ ਸਾਰਾ ਕੁਝ ਮੀਡੀਆ ਚ ਆ ਰਿਹਾ ਜੀ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦਾ, ਅਕਾਲੀ ਦਲ ਨੂੰ ਚਾਹੀਦਾ ਵੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਣੇ ਕੈਨੇਡਾ ਤੋਂ ਬੋਲਦਾ ਜੀ। ਹਾਂਜੀ, ਬੋਲੋ ਜੀ। ਬਹੁਤ ਵਧੀਆ ਮੁੱਦਾ ਲਿਆਂਦਾ, ਬਹੁਤ ਵਧੀਆ ਜੀ, ਪ੍ਰਧਾਨ ਸਾਹਿਬ ਨੂੰ ਲਿਆਂਦਾ ਜੀ ਲਾਈਨ ਦੇ ਉੱਤੇ। ਲਾਂਬਾ ਸਾਹਿਬ,
ਜਾਂ ਤੁਸੀਂ ਕੁਐਸਚਨ ਪੁੱਛਣ ਨੂੰ ਲਾਸਟ ਜਾਰੀ ਰੱਖਾਂਗੇ ਔਰ ਤੁਹਾਡੇ ਵਿਚਾਰ ਜ਼ਰੂਰ ਲਵਾਂਗੇ, ਕੱਲ ਵੀ ਅਸੀਂ ਲਵਾਂਗੇ। ਬਾਕੀ ਜਿਹੜੇ ਸਵਾਲ ਹੋਰ ਚਾਹੀਦੇ ਤੁਸੀਂ ਸਾਨੂੰ ਦੱਸਣਾ ਤੇ ਬਹੁਤ ਬਹੁਤ ਧੰਨਵਾਦ। ਸਵਾਲ ਨੋਟ ਕਰੋ ਜੀ, ਦੱਸੋ ਜਦੋਂ ਵੀ ਸੈਂਟਰ ਸਰਕਾਰ ਕੋਈ ਵੀ ਇਹੋ ਜਿਹਾ ਐਕਸ਼ਨ ਲੈਂਦੀ ਹੈ ਤਾਂ ਪ੍ਰਧਾਨ ਸਾਹਿਬ ਉਹਨਾਂ ਦੀ ਨੀਂਦ ਖੁੱਲ ਜਾਂਦੀ ਆ। ਠੀਕ ਹੈ, ਜਦੋਂ ਵੀ ਪੰਜਾਬ ਸਰਕਾਰ ਕੋਈ ਵੀ ਕੋਈ ਐਕਸ਼ਨ ਕਰਦੀ ਆ, ਹਾਂਜੀ, ਇਹਨਾਂ ਦੀਆਂ ਪੱਗਾਂ ਲਾਉਂਦੀ ਆ। ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਜਾਂਦਾ ਇੱਥੋਂ, ਪ੍ਰਧਾਨ ਸਾਹਿਬ ਦਾ ਪੁੱਛਾ ਜਵਾਬ ਆਉਂਦਾ। ਇਹਨਾਂ ਨੂੰ ਪੁੱਛੋ, ਕਲੀਅਰ ਪੁੱਛੋ ਕਿ ਤੁਸੀਂ ਉਸ ਵੇਲੇ ਕਿਉਂ ਨੀ ਬੋਲਦੇ। ਠੀਕ ਹੈ ਜੀ, ਪੰਜਾਬ ਸਰਕਾਰ ਦੀ ਕੋਈ ਵੀ ਕੰਮ ਕਰਦੀ ਆ, ਜ਼ਰੂਰ ਅਗਲੀ ਵਾਰੀ ਜਦੋਂ ਵੀ ਆਉਣਗੇ ਅਸੀਂ ਇਹਨਾਂ ਨੂੰ ਜ਼ਰੂਰ ਪੁੱਛਾਂਗੇ ਔਰ ਸਿੱਧਾ ਇਹੀ ਪੁੱਛਾਂਗੇ। ਬਹੁਤ ਬਹੁਤ ਧੰਨਵਾਦ। ਹੈਲੋ 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 ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਹਾਂਜੀ ਜਰਨੈਲ ਸਿੰਘ ਜੀ, ਜੀ ਆਇਆਂ ਨੂੰ ਹੁਕਮ ਕਰੋ। ਨਹੀਂ ਹੁਕਮ ਤਾਂ ਲਾਉਂਦਾ ਜੀ, ਵੈਸੇ ਮਸਲਾ ਤਾਂ ਸਾਰੇ ਇੱਕ ਨੇ ਔਰ 100% ਸ਼ੋਰ ਇਹੀ ਹੈ ਕਿ ਜਿਹੜਾ ਇਨਸਾਨ ਉੱਥੇ ਬੈਠਾ ਨਾ ਉਹਦੀ ਕਰਤੂਤ ਹੈਗੀ ਹੈ, ਕਿਉਂਕਿ ਸੈਂਟਰ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਹੁੰਦਾ ਜੀ। ਕਿਉਂਕਿ ਕੋਈ ਵੱਡਾ ਮਸਲਾ ਨੀ, ਸੈਂਟਰ ਨੂੰ ਵੀ ਪਤਾ ਕਿ ਸਿੱਖ ਕਮਿਊਨਿਟੀ ਜਿਹੜੀ ਹੈਗੀ ਹੈ ਇਹ ਅੰਮ੍ਰਿਤਧਾਰੀ ਨੇ, ਤੇ ਇਹਨਾਂ ਨੂੰ ਇੰਨੀ ਦੇਰ ਤੋਂ ਇੱਕ ਕਾਰ ਮਿਲੇ ਹੋਏ ਨੇ, ਕਾਰ ਪਹਿਨਦੇ ਨੇ। ਹਾਂਜੀ, ਸੋ ਇਹ ਪੋਸੀਬਲ ਹੀ ਹੈ ਕਿ ਇੱਕ ਸ਼ੈਤਾਨ ਦੀ ਕਾਢ ਹੈਗੀ ਹੈ। ਚਾਹੀਦਾ ਇਹ ਹੈ ਕਿ ਉਸ ਬੰਦੇ ਦੇ ਅਗੇਂਸਟ ਕੀ ਐਕਸ਼ਨ ਲਿਆ ਜਾਵੇ ਜੀ। ਪ੍ਰਧਾਨ ਸਾਹਿਬ ਸਿਰਫ ਇੱਥੇ ਤੱਕ ਆਪਣਾ ਡੰਡਾ ਨਾ ਵਜਾਣ, ਪੋਸੀਬਿਲਟੀ ਉਹਨਾਂ ਨੂੰ ਚਾਹੀਦੀ ਹੈਗੀ ਹੈ ਕਿ ਉਹ PM ਨਾਲ ਗੱਲ ਕਰਨ, ਉਹ ਇਹਦੇ ਬਾਰੇ ਸੋਨੀਆ ਨੂੰ ਪੁੱਛਣ ਜਿਹੜੀ ਆ ਕੇ ਮਾਫ਼ੀ ਮੰਗਦੀ ਪਈ ਹਰਿਮੰਦਰ ਸਾਹਿਬ ਦੇ ਵਿੱਚ, ਉਹ ਇਹਦੇ ਬਾਰੇ ਜਿਹੜੇ ਸੁਖਬੀਰ ਐਂਡ ਬਾਦਲ ਬੈਠੇ ਨੇ ਇਹਨਾਂ ਨੂੰ ਕਹਿਣ ਵੀ ਭਾਈ ਤੁਸੀਂ ਕੀ ਕਰਦੇ ਪਏ ਹੋ। ਠੀਕ ਹੈ, ਜੇ ਤੁਹਾਡੇ ਘਰ 'ਚ ਤੁਹਾਡੇ 'ਚ ਪੱਗ ਲਾਏਗਾ ਤਾਂ ਤੁਸੀਂ ਫਿਰ ਸੇਫ ਤਾਂ ਕਿਤੇ ਵੀ ਨਹੀਂ ਹੈਗੇ। ਠੀਕ ਹੈ ਜਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਪ੍ਰਧਾਨ ਸਾਹਿਬ ਨੇ ਜਿਹੜਾ ਅੱਜ ਕੱਲ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਣੇ ਇਤਿਹਾਸ ਦੇ ਨਾਲ ਜੋੜ ਕੇ ਬੜਾ ਸੋਹਣਾ ਜਸਟੀਫਾਈ ਕਰ ਦਿੱਤਾ, ਇਹ ਤੇ ਆਊਟ ਕਾਫੀ ਚੰਗਾ ਕੰਪੈਰੀਜ਼ਨ ਨਹੀਂਗਾ ਮੈਂ ਕਹਿ ਸਕਦਾ, ਕਿਉਂਕਿ ਇਹਨਾਂ ਦੀ ਪਰਫਾਰਮੈਂਸ ਵੇਖ ਕੇ ਇੰਜ ਨਹੀਂ ਲੱਗਦਾ ਕਿ ਉਹਨਾਂ ਦੇ ਉੱਤਰਾਧਿਕਾਰੀ ਨੇ। ਨਹੀਂ, ਉਹ ਉਹਨਾਂ ਦੀ ਕਾਨੂੰਨੀ ਮਜਬੂਰੀ ਹੈ, ਕਿਉਂਕਿ ਹੁਣ ਭਾਰਤ ਦੇ ਕਾਨੂੰਨ ਮੁਤਾਬਕ ਧਰਮ ਦੇ ਨਾਂ ਤੇ ਕੋਈ ਰਾਜਨੀਤਿਕ ਪਾਰਟੀ ਨਹੀਂ ਬਣ ਸਕਦੀ। ਉਹ ਵੀ ਗੱਲ ਤੇ ਆ ਰਹੀ ਹੈ ਕਿ ਜੀ ਜੀ ਉਹ ਸੀ ਕਲੀਅਰ ਕਰ ਦਿੱਤਾ, ਉਹਨਾਂ ਨੂੰ ਵੀ ਕਲੀਅਰ ਕਰ ਦਿੱਤਾ, ਸੋ ਉਹਨਾਂ ਨੇ ਕਹਿ ਦਿੱਤਾ ਮੈਂ ਇਹਦੇ ਬਾਰੇ ਬਹੁਤਾ ਨਹੀਂ ਕਹਿ ਸਕਦਾ। ਉਹ ਠੀਕ ਹੈ, ਉਹਨਾਂ ਦੀ ਮਜਬੂਰੀ ਹੈ। ਪ੍ਰਧਾਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ ਜੀ, ਸਾਡੇ ਜਿਹੜੇ ਕੌਮੀ ਮਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਉਂ ਨੀ ਕੋਈ ਵਲੰਟੀਅਰ ਜਾਂ ਕੋਈ ਪ੍ਰੋਫੈਸ਼ਨਲਸ ਦਾ ਥਿੰਕ ਟੈਂਕ ਜਾਂ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਲਾਇਰਸ ਦੀ ਬਣਾਈ ਜਾਂਦੀ? ਤੁਸੀਂ ਜ਼ਰੂਰ ਆਪਣੀ ਰਾਏ ਦੇਣਾ ਜੀ, ਤੁਸੀਂ ਜ਼ਰੂਰ ਰਾਏ ਦੇਣੀ ਆ, ਸਾਡੀ ਕੋਸ਼ਿਸ਼ ਹੋਏਗੀ ਇਸ ਮਸਲੇ ਨੂੰ, ਕਿਉਂਕਿ ਬਹੁਤ ਗੰਭੀਰ ਹੈ ਇਹਦੇ 2-3 ਸਵਾਲ ਹੈ। ਮੁੱਖ ਮੁੱਦਾ ਹੈ ਸਾਡੀ ਕੋਈ ਪੰਥਕ ਜਥੇਬੰਦੀ ਨਹੀਂ, ਕੀ ਕੀਤਾ ਜਾਏ, ਸੋ ਇਸ ਵਿਚਾਰ ਨੂੰ ਜਾਰੀ ਰੱਖਾਂਗੇ ਤੇ ਤੁਸੀਂ ਜ਼ਰੂਰ ਵਿਚਾਰ ਦੇਣੇ। ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਅਖੀਰਲੀ ਕਾਲ ਹੈ। ਹਾਂਜੀ, ਤੁਸੀਂ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਮੇਰੀ ਅਰਜ਼ੀ ਹੈ ਜੀ, ਹੁਕਮ ਤਾਂ ਨਹੀਂ, ਤੁਸੀਂ ਬਹੁਤ ਅੱਛਾ ਕੀਤਾ ਜਿਹੜਾ ਅੱਜ ਪ੍ਰਧਾਨ ਜੀ ਨੂੰ ਲਿਆਂਦਾ ਜੀ, ਤੇ ਮੈਂ ਇਹ ਕਹਾਂਗਾ ਕਿ ਜਿਹੜਾ ਗਾਜ਼ਰਸ਼ਾਹੀ ਵਰਡ ਉਹਨਾਂ ਨੇ ਵਰਤਿਆ ਉਹ ਵੀ ਬਹੁਤ ਅੱਛਾ ਵਰਤਿਆ। ਹਾਂਜੀ, ਤੇ ਮੈਂ ਉਸ ਦਿਨ ਕਿਹਾ ਸੀ ਨਾ, ਪਹਿਲਾਂ ਵੀ ਇਹ ਆਪਣਾ ਇੱਕ ਦਿਨ ਗੱਲ ਹੋਈ ਜੀ, ਮੈਂ ਇਹ ਕਿਹਾ ਸੀ ਕਿ ਪਹਿਲ ਦੇ ਆਧਾਰ ਤੇ ਉਹ ਜਿਹੜਾ ਆਫਿਸਰ ਹੈ ਜਿਹਨੂੰ ਪੰਜਾਬ ਦੇ ਇਤਿਹਾਸ ਬਾਰੇ ਸਿੱਖੀ ਬਾਰੇ ਕੁਝ ਪਤਾ ਹੀ ਨਹੀਂ ਜੀ,
ਕਿ ਪੰਜ ਜਿਹੜੇ ਸਾਡੇ ਜ਼ਰੂਰੀ ਹੈਗੇ ਆ, ਹਾਂਜੀ, ਕੰਗਾ ਕੜਾ ਕਿਰਪਾਨ, ਜਿਹਨੂੰ ਪਤਾ ਹੀ ਨੀ ਸਿੱਖ ਇਤਿਹਾਸ ਦਾ, ਉਹਨੂੰ ਤਾਂ ਉੱਥੇ ਕੋਈ ਆਫਿਸਰ ਜਾਂ ਕੋਈ ਸਿਕਿਉਰਿਟੀ ਵਾਟ ਐਵਰ ਹੀ ਸੌਂਪ ਰਿਹਾ ਹੀ, ਉਹੀ ਹੈ ਕਿ ਉਹਨੂੰ ਤੁਰੰਤ ਉੱਥੋਂ ਬਦਲ ਦੇਣਾ ਚਾਹੀਦਾ, ਚਾਹੇ ਗਵਰਨਮੈਂਟ ਦਾ ਮੁਲਾਜ਼ਮ ਹੈ ਚਾਹੇ ਕੋਈ ਵੀ ਹੈ, ਠੀਕ ਹੈ, ਜਿਹੜਾ ਕੀ ਦੇ ਰਾਜਕੁਮਾਰ ਜੀ, ਸਾਨੂੰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਾਨੂੰ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਪੈਣੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਪਿਆਰੇ ਦਰਸ਼ਕੋ, ਗੱਲ ਬਹੁਤ ਗੰਭੀਰ ਹੈ, ਮਸਲਾ ਇਹ ਹੈ ਕਿ ਇਤਨਾ ਵੱਡਾ ਕਾਂਡ ਅੰਮ੍ਰਿਤਸਰ ਸਾਹਿਬ ਤੋਂ ਹੁੰਦਾ ਹੈ, ਔਰ ਇਸ ਦੇ ਬਾਰੇ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਹੋਮ ਮਿਨਿਸਟਰੀ ਨੂੰ ਔਰ ਪ੍ਰਾਈਮ ਮਿਨਿਸਟਰ ਆਫਿਸ ਤੱਕ ਚਾਰਾਜੋਈ ਕੀਤੀ ਗਈ ਹੈ, ਇਸ ਦਾ ਨਤੀਜਾ ਆਸ ਹੈ ਛੇਤੀ ਨਿਕਲੇਗਾ ਔਰ ਸਹੀ ਨਿਕਲੇਗਾ, ਪਰ ਇਸ ਦੇ ਨਾਲ ਜਿਹੜੇ ਮਸਲੇ ਜੁੜੇ ਹਨ ਉਹ ਹੈ ਕਾਨੂੰਨੀ ਮਸਲੇ, ਕਿ ਸਾਡੀ ਅਗਵਾਈ ਕੌਣ ਕਰੇ, ਕਿਸ ਤਰ੍ਹਾਂ ਹੋਏ, ਕੀ ਅਕਾਲੀ ਦਲ ਕਰੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਕਰੇ। ਇਸ ਸਾਰੇ ਮਸਲੇ ਬਾਰੇ ਅਸੀਂ ਆਪਣਾ ਵਿਚਾਰ ਚਰਚਾ ਜਾਰੀ ਰੱਖਾਂਗੇ। ਇਜਾਜ਼ਤ ਦਿਓ, ਕੱਲ੍ਹ ਸ਼ਾਮ ਨੂੰ ਈਸਟਰਨ ਟਾਈਮ 8:30 ਇੱਕ ਹੋਰ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ info@justpunjabi.com lamba@justpunjabi.com ਦੇ ਉੱਤੇ ਆਪਣੇ ਸੁਨੇਹੇ ਈਮੇਲ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।